ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਤਹਿ ਦਿਲੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਮੇਰੇ ਰਾਮ ਪਿਆਰੇ ਵਿੱਚ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ, ਅਸੀਂ ਹਰ ਵਾਰ ਕਿਸੇ ਉੱਗੀ ਪੰਥਕ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਅੱਜ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਸਾਡੇ ਕੋਲ ਪਹੁੰਚੇ ਨੇ ਇੰਜੀਨੀਅਰ ਗੁਰਜੀਤ ਸਿੰਘ ਗੁਹਾਵਰ ਵਾਲੇ, ਜੋ ਆਪਣੇ ਨਾਮ ਨਾਲ ਬ੍ਰੈਕਟ ਵਿੱਚ ਸੰਤ ਲਿਖਦੇ ਨੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਲਈ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ, ਆਪ ਜੀ ਆਪਣੇ ਨਾਮ ਨਾਲ ਇੰਜੀਨੀਅਰ ਔਰ ਸੰਤ, ਸਭ ਤੋਂ ਪਹਿਲਾਂ ਇੰਜੀਨੀਅਰ ਲਿਖਦੇ ਹੋ ਅਤੇ ਬਾਅਦ ਵਿੱਚ ਬ੍ਰੈਕਟ ਵਿੱਚ ਸੰਤ ਲਿਖਦੇ ਹੋ, ਇਸ ਤੋਂ ਕੀ ਭਾਵ ਲਿਆ ਜਾਵੇ? ਜਿਹੜਾ ਬ੍ਰੈਕਟਾਂ ਵਿੱਚ ਸੰਤ ਲਿਖਿਆ ਹੋਇਆ ਜੀ ਹੈ, ਇਹ ਮੇਰੀ ਨਹੀਂ ਗੱਲ, ਇਹ ਸੰਸਾਰ ਦੀ ਗੱਲ ਹੈ। ਜਿਹੜਾ ਸੰਤ ਕਹਿੰਦਾ ਉਹਨੂੰ ਬ੍ਰੈਕਟਾਂ 'ਚ ਤਾਂ ਪਾਇਆ ਵੀ ਸੰਤ ਹੈ ਨਹੀਂ, ਪਰ ਲੋਕਾਂ ਵਿੱਚ ਸੰਤ ਮਸ਼ਹੂਰੀ ਹੈ ਜਾਂ ਉਹ ਇਸ ਅਵਸਥਾ ਨੂੰ ਜਾਣਦੇ ਆ, ਸਮਝਦੇ ਉਹ ਸੰਤ ਕਹਿ ਰਹੇ ਆ ਜੀ। ਅਤੇ ਜਿਹੜਾ ਮੇਰਾ ਦੁਨਿਆਵੀ ਰਿਸ਼ਤਾ ਹੈਗਾ, ਜਿਹੜਾ ਮੈਂ ਪੜ੍ਹਾਈ ਲਿਖਾਈ ਉਸ ਹਿਸਾਬ ਨਾਲ ਮੇਰਾ ਇੰਜੀਨੀਅਰ ਮੁਰੇ ਲੱਗਣਾ ਹੀ ਲੱਗਣਾ ਸੀ, ਹੈ ਇਹ ਲੋਕ ਹੀ ਉਹਨੂੰ ਲਾ ਰਹੇ ਆ, ਜੋੜਿਆ ਲੋਕਾਂ ਦੇ ਨਾਲ ਹੈ, ਜਾਂ ਕਿਉਂਕਿ ਸੰਤ ਜਿਹੜਾ ਕਿਸੇ ਅਵਸਥਾ ਦਾ ਨਾਮ ਸੰਤ ਹੈ, ਉਹਨਾਂ ਨੂੰ ਇਹੋ ਜਿਹੀ ਅਵਸਥਾ ਨਜ਼ਰ ਆਈ, ਉਹਨਾਂ ਨੇ ਸੰਤ ਕਿਹਾ, ਮੇਰੀ ਪਹਿਚਾਣ ਬਣੀ ਅਤੇ ਤਾਂ ਮੈਨੂੰ ਉਹ ਲਾਉਣਾ ਪਿਆ ਮਜਬੂਰੀ, ਤਾਂ ਹੀ ਪਿਛਲੇ ਪਾਸੇ ਬ੍ਰੈਕਟਾਂ ਦੇ ਵਿੱਚ ਸੰਤ ਨੂੰ ਲਿਖਿਆ ਗਿਆ। ਪਰ ਕਿਤਾਬ ਤਾਂ ਤੁਸੀਂ ਛਪਵਾਈ ਹੈ, ਸੰਗਤ ਨੇ ਤਾਂ ਛਪਵਾਈ ਨਹੀਂ, ਇਹ ਤਾਂ ਤੁਸੀਂ ਛਪਵਾਈ ਹੈ। ਜੇ ਸੰਗਤ ਤੁਹਾਨੂੰ ਸੰਤ ਕਹਿੰਦੀ ਹੈ, ਪਰ ਤੁਸੀਂ ਆਪਣੇ ਨਾਮ ਨਾਲ ਕਿਉਂ ਬ੍ਰੈਕਟ ਵਿੱਚ ਲਿਖਵਾ ਰਹੇ ਹੋ? ਸੰਗਤ ਤਾਂ ਕਹਿੰਦੀ, ਕਾਰਨ ਇਹ ਉਹਦਾ ਇਹ ਹੈਗਾ ਵੀ ਇਹ ਜਿਹੜੀ ਉੱਥੇ ਹੋਰ ਵੀ ਮੇਰੇ ਵਾਂਗੂ ਗੁਰਜੀਤ ਸਿੰਘ ਹੋਰ ਵੀ ਹੈਗੇ ਆ ਨਗਰ ਦੇ ਵਿੱਚ, ਹੈ ਉਹ ਭਾਈ ਸਾਹਿਬ ਨਾਲ ਜਾਣੇ ਜਾਂਦੇ ਆ, ਔਰ ਦੂਸਰੇ ਪਾਸੇ ਇੱਦਾਂ ਕਰਕੇ ਜਿੱਦਾਂ ਲੋਕਾਂ ਨੂੰ, ਤਾਂ ਕਿ ਲੋਕਾਂ ਨੂੰ ਦੂਰ ਦਰੇਡੇ ਇਸ ਗੱਲ ਦਾ ਪਤਾ ਲੱਗ ਚੁੱਕਾ, ਹਰ ਸਟੇਜ 'ਤੇ ਅਲਾਊਂਸ ਹੁੰਦਾ ਹੈ, ਹਰ ਤਰ੍ਹਾਂ ਅਲਾਊਂਸ ਹੁੰਦਾ ਹੈ, ਫਿਰ ਜੇ ਆਪਾਂ ਨੂੰ ਆਪ ਬਦਲੀਏ, ਮੈਂ ਤਾਂ ਹੀ ਉਹਨੂੰ ਪਿਛਲੇ ਪਾਸੇ ਰੱਖਿਆ, ਮੂਹਰੇ ਨਹੀਂ ਜੋੜਿਆ ਹੈ, ਇਹਦਾ ਕਾਰਨ ਹੀ ਇੱਕੋ ਹੀ ਹੈ ਵੀ ਮੈਂ ਨਹੀਂ ਉਹਨੂੰ ਜੋੜਿਆ, ਸੰਗਤਾਂ ਨੇ ਜੋੜਿਆ, ਔਰ ਸੰਗਤਾਂ ਦੇ ਵਾਸਤੇ ਉਹ ਹੈਗਾ, ਮੇਰੇ ਲਈ ਉਹਦੀ ਕੋਈ ਪ੍ਰਵਾਹ ਨਹੀਂ ਹੈ। ਕੀ ਤੁਸੀਂ ਆਪਣੇ ਆਪ ਨੂੰ ਸੰਤ ਮੰਨਦੇ ਹੋ? ਸੰਤ ਅਵਸਥਾ ਦਾ ਨਾਮ ਮੈਨੂੰ ਨਹੀਂ ਪਤਾ, ਵੀ ਸੰਤ ਇਹ ਤਾਂ ਸੰਗਤ ਜਾਣਦੀ ਹੋਊਗੀ, ਵੀ ਸੰਤ ਉਹਨਾਂ ਨੂੰ ਸੰਤ ਪ੍ਰਤੀਤ ਹੁੰਦਾ ਹੋਊਗਾ, ਤਾਂ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਆਪਣੇ ਆਪ ਨਹੀਂ ਜਾਣਦਾ ਹੈ, ਉਹਨਾਂ ਦੀ ਪਛਾਣ ਹੀ ਉਹਦੇ ਉੱਤੇ ਮੈਂ ਜਿਹੜੀ ਹੈਗੀ ਹੈ ਉਹ ਤਸਦੀਕ ਕੀਤੀ ਹੈ, ਮੈਂ ਆਪਣੇ ਵੱਲੋਂ ਕੁਛ ਨਹੀਂ ਲਿਖਿਆ। ਇੱਕ ਅੱਜ ਕੱਲ੍ਹ TV ਚੈਨਲਸ ਦੇ ਉੱਪਰ ਬੜਾ ਪ੍ਰਚਾਰ ਕੀਤਾ ਜਾਂਦਾ ਹੈ ਵੀ ਗੁਰਬਾਣੀ ਇੰਝ ਪੜ੍ਹੋ, ਇੱਥੇ ਆਹ ਮਾਤਰਾ ਲਗਾਓ, ਇੱਥੇ ਆਹ ਨਾਂ ਲਗਾਓ, ਇਹ ਇੱਕ ਵਚਨ ਹੈ, ਇੱਕ ਬਹੁਵਚਨ ਹੈ, ਬੜਾ ਸੋਹਣੇ ਢੰਗ ਦੇ ਨਾਲ ਪ੍ਰਚਾਰ ਕਰਦੇ ਆ, ਅਤੇ ਬਾਬਾ ਤੁਹਾਡਾ ਕੀ ਨਜ਼ਰੀਆ ਹੈ ਵੀ ਪਾਠ ਸ਼ੁੱਧ ਕੀ ਹੁੰਦਾ ਅਤੇ ਅਸ਼ੁੱਧ ਕੀ ਹੁੰਦਾ? ਆਪ ਜੀ ਨੇ ਬਹੁਤ ਹੀ ਅੱਜ ਅਹਿਮ ਅਤੇ ਗੰਭੀਰ ਵਿਸ਼ਾ ਲਿਆ ਹੈ, ਜਿਹਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਸੀ, ਕਿਉਂਕਿ ਸਾਡਾ ਜਿਹੜਾ ਪ੍ਰੋਨਾਂਸੀਏਸ਼ਨ ਹੈ ਬਾਣੀ ਦਾ ਦਿਨ ਪ੍ਰਤੀ ਦਿਨ ਵਿਗੜ ਰਿਹਾ ਹੈ, ਅਤੇ ਗੁਰਮਤ ਅਨੁਸਾਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਬਾਣੀ ਵਿੱਚ ਲਏ ਗਏ ਸ਼ਬਦਾਂ, ਸ਼ਬਦਾਂ ਵਿੱਚ ਸਜਾਏ ਗਏ ਵਰਣਾ ਭਾਵ ਅੱਖਰਾਂ ਨੂੰ ਹੈ ਸੰਪੂਰਨ ਤੌਰ 'ਤੇ, ਔਰ ਉਹਨਾਂ ਅੱਖਰਾਂ ਦੇ ਨਾਲ ਲੱਗੀਆਂ ਹੋਈਆਂ ਲਗਾ ਮਾਤਰਾ ਨੂੰ ਸੰਪੂਰਨ ਉਹਨਾਂ ਦੀ ਬਣਦੀ ਆਵਾਜ਼ ਵਿੱਚ ਬੋਲਣ ਨੂੰ ਸ਼ੁੱਧ ਪਾਠ ਕਹਿੰਦੇ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦੇ ਵਿੱਚ ਲਏ ਗਏ ਸ਼ਬਦਾਂ, ਉਹਦੇ ਵਿੱਚ ਸਜਾਏ ਗਏ ਵਰਣਾ ਅੱਖਰਾਂ ਨੂੰ, ਕਿਸੇ ਅੱਖਰ ਨੂੰ ਬਿਨਾਂ ਬੋਲੇ ਤੋਂ ਲੰਘ ਕੇ ਜਾਣਾ, ਉਹਦੀਆਂ ਲੱਗੀਆਂ ਹੋਈਆਂ ਲਗਾ ਮਾਤਰਾ ਨੂੰ ਸਾਈਲੈਂਟ ਕਰਨਾ, ਆਪਣੇ ਕੋਲੋਂ ਬਿੰਦੀ ਟੱਪੀ ਦਾ ਬੇਤਹਾਸ਼ਾ ਪ੍ਰਯੋਗ ਕਰਨਾ, ਇਹ ਅਸ਼ੁੱਧ ਪਾਠ ਹੈ। ਤੁਸੀਂ ਗੱਲ ਕੀਤੀ ਹੈ ਕਿ ਸ਼ੁੱਧ ਪਾਠ ਉਹ ਹੁੰਦਾ ਹੈ ਜਿਹੜਾ ਬਿਲਕੁਲ ਉਚਾਰਨ ਉਸੇ ਪ੍ਰਕਾਰ ਹੋਵੇ ਜਿਵੇਂ ਮਾਤਰਾਵਾਂ ਲਿਖੀਆਂ ਨੇ, ਜੋ ਮਾਤਰਾ ਦੀ ਆਵਾਜ਼ ਹੈ, ਅਤੇ ਅਸ਼ੁੱਧ ਪਾਠ ਉਹ ਹੁੰਦਾ ਵੀ ਆਪਣੇ ਕੋਲੋਂ ਇਹ ਗੱਲ ਕਹਿ ਦੇਣਾ ਵੀ ਇੱਥੇ ਬਿੰਦੀ ਲਾ ਦਿਓ, ਇੱਥੇ ਅੱਧਕ ਲਾ ਦਿਓ, ਅਤੇ ਆਹ ਜਿਹੜੀ ਮਾਤਰਾ ਆ ਇਹਦਾ ਜੀ ਵਿਆਕਰਨ ਨਾਲ ਸੰਬੰਧਿਤ ਇਹ ਕੱਟ ਦਿਓ, ਤੁਹਾਡੇ ਮੁਤਾਬਕ ਇਹ ਅਰਥ ਹੈ। ਤੁਸੀਂ ਕੋਈ ਇਸ ਤਰ੍ਹਾਂ ਦੀ ਇੱਕ ਦੋ ਉਦਾਹਰਣਾਂ ਦੇ ਸਕਦੇ ਹੋ ਸਾਡੇ ਦਰਸ਼ਕਾਂ ਨੂੰ? ਹਾਂ ਬਿਲਕੁਲ, ਹਾਂ ਸੁਣੋ ਤੁਸੀਂ, ਹੈ ਸ਼ੁੱਧ ਪਾਠ ਪਹਿਲਾਂ, ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ, ਇਹ ਹੈ ਸ਼ੁੱਧ ਪਾਠ ਜੀ। ਹੁਣ ਉਹ ਸ਼ੁੱਧ ਪਾਠ ਸੁਣੋ ਜੋ ਆਪਾਂ ਕਰ ਰਹੇ ਹਾਂ, ਉਹ ਤੁਹਾਨੂੰ ਦੱਸਦਾ ਵੀ ਆਪਾਂ ਕੀ ਕਰਦੇ ਹਾਂ। ਅਖਰੀ ਨਾਮ ਅਖਰੀ ਸਾਲਾ, ਹਾਹਾ ਵੀ ਕੱਟਦਾ ਸਲਾਹ ਦਾ ਮਗਲੇ ਪਾਸਿਓਂ, ਉੱਧਰ ਜਿਹੜਾ ਮੰਮੇ ਨੂੰ ਔਂਕੜ ਪਿਆ ਸੀ ਉਹ ਉਡਾ ਦਿੱਤਾ ਹੈ, ਦੋਨੇ ਹੀ ਉੜ ਕੇ ਵਿੱਚ ਹੈ, ਕਿਉਂਕਿ ਜਿਹੜਾ ਸ਼ੁੱਧ ਪਾਠ ਹੈ ਉਹ ਹੈਗਾ ਅਖਰੀ ਨਾਮ ਅਖਰੀ ਸਾਲਾਹ। ਹੁਣ ਦੂਸਰਾ ਦੇਖੋ, ਦੂਸਰੇ ਦੀ ਸੁਣੋ, ਹੈ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ। ਹਾਂ, ਇਹਦੇ ਨਾਲੋਂ ਹੁਣ ਇਹਦਾ ਜਿਹੜਾ ਪਾਠ ਹੈਗਾ ਇਹਦਾ ਅਸ਼ੁੱਧ ਪਾਠ ਸੁਣੋ, ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ, ਨਾਲ ਹਾ ਇਹਦੇ ਵਿੱਚ ਦੇਖੋ ਹਾਹਾ ਕੱਟ ਗਿਆ ਪਿਛਲੇ ਪਾਸੇ, ਉਹ ਸ਼ੁੱਧ ਪਾਠ ਹੋਇਆ ਕਿਉਂਕਿ ਉੱਤੇ ਵਰਨ ਲੱਗਾ ਹੋਇਆ, ਮਗਰ ਆਪਾਂ ਉਡਾ ਦਿੱਤਾ ਉਹਦੇ ਨਾਲੋਂ, ਹੈ ਜੀ। ਹਾਂ, ਅਤੇ ਦੂਸਰੇ ਪਾਸੇ ਸੁਣੋ, ਹੈ ਹੋਰ ਤੀਸਰੀ ਗੱਲ ਹੈ ਸਾਲਾਹੀ ਸਾਲਾਹੇ
ਏਤੀ ਸੁਰਤ ਨਾ ਪਾਈ ਆ, ਇਹਦਾ ਸ਼ੁੱਧ ਪਾਠ ਸੁਣੋ, ਸਾ ਲਾਹੀ ਸਾ ਲਾਹ ਏਤੀ ਸੁਰਤ ਨਾ ਪਾਈ ਆ। ਇਹਦੇ ਨਾਲੋਂ ਆਪਾਂ ਹਾਹਾ ਹਾਹੇ ਦੇ ਨਾਲੋਂ ਸਿਹਰੀ ਅੜਾ ਦਿੱਤੀ ਇਹਦੇ, ਇਹ ਹੋ ਗਿਆ ਅਸ਼ੁੱਧ ਪਾਠ ਹੋ ਗਿਆ, ਕਿਉਂਕਿ ਉੱਥੇ ਲਿਖਿਆ ਹੈ ਅਤੇ ਤਾਂ ਕਰਕੇ ਉਹ ਸਾਰਾ ਗਲਤ ਹੋ ਗਿਆ। ਹਾਂ, ਬਿੰਦੀ ਟਿੱਪੀ ਦੀ ਆਪਣੇ ਕੋਲੋਂ ਆਪਣੀ ਮਨਮਤ ਅਨੁਸਾਰ ਇਹਦੀ ਵਰਤੋਂ ਕਰਨੀ, ਇਹ ਅਸ਼ੁੱਧ ਪਾਠ ਹੈ, ਆਪਣੇ ਕੋਲੋਂ ਨਹੀਂ ਕਰਨੀ। ਜੋ ਲੱਗ ਮਾਤਰ ਲੱਗੀ ਹੈ ਇਹ ਗੱਲ ਵੱਖਰੀ ਹੈ ਵੀ ਹੁਣ ਰਲੇਵਾਂ ਇੰਨਾ ਹੋਣ ਕਰਕੇ ਹੋ ਸਕਦਾ ਮੇਰੇ ਤੋਂ ਵੀ ਕਿਤੇ ਅੱਗਾ ਪਿੱਛਾ ਹੋ ਗਿਆ ਹੋਵੇ, ਕਿਉਂਕਿ ਹੁਣ ਚੱਲੀ ਸਿਸਟਮ ਇਹੋ ਜਿਹਾ ਪਿਆ ਹੈ। ਨਹੀਂ ਤਾਂ ਜਿਹੜੀਆਂ ਲਗਾ ਮਾਤਰਾਂ ਲੱਗੀਆਂ ਹੋਈਆਂ ਉਹੋ ਹੀ ਲਗਾ ਮਾਤਰਾਂ ਲੱਗਣੀਆਂ ਚਾਹੀਦੀਆਂ, ਆਪਣੇ ਕੋਲੋਂ ਕੋਈ ਲਗ ਮਾਤ ਨਹੀਂ। ਹਾਂ, ਕਿਤੇ ਕਿਤੇ ਬਾਣੀ ਦੇ ਵਿੱਚ ਅਧਿਕ ਦੀ ਵਰਤੋਂ ਹੁੰਦੀ ਹੈ, ਜਿਵੇਂ ਆਪਾਂ ਜਾਣਦੇ ਹਾਂ ਰੋਜ਼ ਸਲੋਕ ਪੜ੍ਹਦੇ ਹਾਂ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿੰਨੀ ਨਾਮ ਤੇ ਆਇਆ ਗੈ ਮਸਕਤ ਕਾਲ। ਜੇ ਉਹਨੂੰ ਮਸਕਤ ਲਿਖਿਆ ਹੋਇਆ ਉੱਤੇ ਜੇ ਆਪਾਂ ਨੂੰ ਨਾਂ ਅਧਿਕ ਲੱਗੇ ਗਲਤ ਹੋ ਜਾਊਗਾ। ਇਸੇ ਤਰ੍ਹਾਂ ਬਾਬੇ ਫਰੀਦ ਜੀ ਦੀ ਬਾਣੀ ਦੇ ਵਿੱਚ ਲੈ ਲਓ ਤੁਸੀਂ, ਫਰੀਦਾ ਕੰਨ ਮੁਸੱਲਾ, ਜੇ ਨਾ ਤੁਸੀਂ ਅਧਿਕ ਲਾਓਗੇ ਫਿਰ ਉਹਦਾ ਪ੍ਰੋਨਾਂਸੀਏਸ਼ਨ ਗਲਤ ਹੋ ਜਾਊਗਾ, ਉਹ ਮੁਸਲਾ ਸ਼ਬਦ ਬਣ ਜਾਊਗਾ। ਕੇਵਲ ਅਧਿਕ ਦੀ ਵਰਤੋਂ ਹੁੰਦੀ ਹੈ, ਨਾ ਕਿ ਬਿੰਦੀ ਟਿੱਪੀ ਆਪਣੀ ਮਨਮਤ ਨਾਲ ਲਗਾਤਾਰ ਉਹਦੇ ਨਾਲ ਲਾਈ ਜਾਣੀ ਹੈ। ਇਹਦੇ ਨਾਲ ਬਾਣੀ ਜਿਹੜੀ ਹੈ ਅਸ਼ੁੱਧ ਹੋ ਰਹੀ ਹੈ। ਤੋਂ ਕੀ ਭਾਵ ਹੈ ਕਿ ਉਚਾਰਨ ਵੇਲੇ ਉਹੀ ਉਚਾਰਨ ਹੈ ਜੋ ਗੁਰਬਾਣੀ ਦੇ ਵਿੱਚ ਲੱਗਾ ਹੋਇਆ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇੱਕ ਪਾਸੇ ਤੇ ਖੁਦ ਇਹ ਗੱਲ ਕਹਿ ਰਹੇ ਹੋ ਵੀ ਜੋ ਗੁਰਬਾਣੀ ਦੇ ਵਿੱਚ ਲਿਖਿਆ ਉਹੀ ਉਚਾਰੋ। ਹਾਂਜੀ ਹਾਂਜੀ, ਅੱਧਕ ਤੇ ਗੁਰਬਾਣੀ ਵਿੱਚ ਲਿਖਿਆ ਨਹੀਂ ਹੋਇਆ। ਹਾਂ ਲਿਖਿਆ, ਪਰ ਅੱਧਕ ਜਿਹੜਾ ਹੈਗਾ ਉਹ ਗੁਰੂ ਮਹਾਨ ਨੇ ਹੁਕਮ ਕੀਤਾ ਸੀ, ਕਿਉਂਕਿ ਕਈ ਸ਼ਬਦ ਜਿਹੜੇ ਆ ਉਹਨਾਂ ਦਾ ਪ੍ਰੋਨਾਂਸੀਏਸ਼ਨ ਹੀ ਵਿਗੜ ਜਾਂਦਾ ਹੈ, ਬਹੁਤ ਤਾਂ ਹੀ ਨਹੀਂ ਪਰ ਥੋੜ੍ਹੀ ਤਾਂ ਹੀ, ਬਹੁਤੀ ਤਾਂ ਹੀ ਤਾਂ ਪੰਜਾਬ ਇਹਦੇ ਵਿੱਚ ਉੱਦਾਂ ਕੁਦਰਤੀ ਲੱਗ ਜਾਂਦਾ, ਪਰ ਕਈ ਥਾਂ ਬਿਨਾਂ ਲਾਉਣ ਤੋਂ ਉਹ ਵਿਗੜ ਰਹੀ ਹੈ ਬਾਣੀ ਦੀ ਸੂਰਤ। ਇਸ ਕਰਕੇ ਉੱਥੇ ਅਧਿਕ ਗੁਰੂ ਮਹਾਰਾਜ ਹੀ ਹੁਕਮ ਕਰ ਗਿਆ ਸੀ ਵੀ ਅਧਿਕ ਦੀ ਵਰਤੋਂ ਕਰਨੀ ਜ਼ਰੂਰੀ, ਜਾਂ ਤੁਸੀਂ ਆਪ ਵੀ ਦੇਖ ਦਿਓ ਮਿਹਨਤ ਮੁਸ਼ਕਤ ਇਹ ਸ਼ਬਦ ਹੈ, ਮਸਕਤ ਕਿਤੇ ਨਹੀਂ ਹੈ, ਮਿਹਨਤ ਮਸਕਤ ਇਹ ਨਹੀਂ ਕਿਤੇ ਵੀ ਹੈ। ਇਸ ਕਰਕੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਜੇ ਕਹਾਂਗੇ ਮਸਕਤ ਕਾਲ ਫਿਰ ਇਹ ਆਪਾਂ ਨੂੰ ਚੰਗਾ ਨਹੀਂ ਲੱਗੂਗਾ, ਕਿਉਂਕਿ ਜਿੱਥੋਂ ਸ਼ਬਦ ਆਇਆ ਮਿਹਨਤ ਤੇ ਮੁਸ਼ਕਤ ਹੁੰਦੀ ਹੈ, ਆਪਾਂ ਆਮ ਜਾਣਦੇ ਇਸ ਗੱਲ ਬਾਰੇ ਹਨ। ਇਸ ਕਰਕੇ ਅਧਿਕ ਦੀ ਵਰਤੋਂ ਜਿਹੜੀ ਹੈ ਕਿਤੇ ਕਿਤੇ, ਪਰ ਆਹ ਜਿਹੜੀ ਮਨਮਤ ਹੈ ਜਿੱਥੇ ਦੇਖਿਆ ਬਿੰਦੀ ਟਿੱਪੀ ਲਾ ਕੇ ਸਾਰੀ ਸ਼ਬਦ ਵਿਗਾੜੀ ਜਾਂਦੇ ਇਹ ਨਹੀਂ ਹੋਣਾ ਚਾਹੀਦਾ। ਬਾਕੀ ਹਾਂ ਇਹ ਗੱਲ ਜ਼ਰੂਰ ਹੈ, ਮੈਂ ਫਿਰ ਇੱਥੇ ਮਾਫ਼ੀ ਮੰਗ ਲੈਂਦਾ ਵੀ ਜੇ ਮੇਰੇ ਤੋਂ ਕਿਸੇ ਅੱਖਰ ਨਾਲ ਵਾਧੂ ਬਿੰਦੀ ਲੱਗਦੀ ਹੈ ਉਹ ਮੇਰੇ ਵੱਸ ਨਹੀਂ, ਕਿਉਂਕਿ ਮਾਹੌਲ ਹੀ ਇੱਦਾਂ ਦਾ ਬਣ ਗਿਆ ਹੈ ਅਤੇ ਇਸ ਕਰਕੇ ਉਹ ਮੇਰੇ ਤੋਂ ਵੀ ਹੁਣ ਇਸ ਕਰਕੇ ਥੋੜ੍ਹਾ ਫਰਕ ਪੈ ਰਿਹਾ, ਪਰ ਸ਼ੁੱਧ ਬਾਣੀ ਉਹ ਹੈ ਜੋ ਉੱਤੇ ਲਿਖਿਆ ਬਿਲਕੁਲ ਉਹਨੂੰ ਐਨ ਇਨ ਬਿਨ ਉਚਾਰਿਆ ਜਾਵੇ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਸਤਿਕਾਰਯੋਗ ਇੰਜੀਨੀਅਰ ਸਾਹਿਬ ਨੇ ਗੱਲ ਸਾਨੂੰ ਦੱਸੀ ਹੈ ਕਿ ਧੁਰ ਕੀ ਬਾਣੀ ਨੂੰ ਪੜ੍ਹਦੇ ਹਾਂ ਲੱਗਾ ਕੰਨਾ ਮਾਤਰਾ ਜਾਂ ਇੰਝ ਕਹਿ ਲਓ ਕਿ ਲਘੂ ਮਾਤਰ ਅਤੇ ਦੀਰਘ ਮਾਤਰ, ਇਹਨਾਂ ਸਭਨਾਂ ਦਾ ਉਚਾਰਨ ਹੋ ਸਕਦਾ ਜੇ ਬੰਦੇ ਦਾ ਅਭਿਆਸ ਹੋਵੇ ਤਾਂ। ਇਸ ਗੱਲ ਨਾਲ ਕਿਤੇ ਨਾ ਕਿਤੇ ਮੈਂ ਸਹਿਮਤ ਹਾਂ ਵੀ ਜੇ ਅਭਿਆਸ ਹੋਵੇ ਤਾਂ ਸਾਨੂੰ ਲਘੂ ਮਾਤਰ ਦੀਰਘ ਮਾਤਰ ਦੀ ਪਛਾਣ ਆ ਜਾਵੇਗੀ, ਜੇ ਸਾਡੀ ਮੁਹਾਰਨੀ ਦੀ ਪਕੜ ਬੜੀ ਮਜ਼ਬੂਤ ਹੋਵੇਗੀ ਤਾਂ ਸਾਨੂੰ ਤਾਂ ਵੀ ਸਮਝ ਲੱਗ ਜਾਏਗੀ। ਪਰ ਬਦਕਿਸਮਤੀ ਅੱਜ ਮੁਹਾਰਨੀ ਪੜ੍ਹਾਈ ਨਹੀਂ ਜਾਂਦੀ, ਬੱਚੇ ਆਉਂਦੇ ਨੇ ਸੰਥਿਆ ਕਰਨ ਦੇ ਲਈ, ਆਉਂਦਿਆਂ ਇਹਨਾਂ ਨੂੰ ਪੋਤੀ ਪੜ੍ਹਾਈ ਜਾਂਦੀ ਹੈ। ਇੱਕ ਹੋਰ ਮੈਂ ਜ਼ਿਕਰ ਕਰ ਦਿਆਂ, ਗੱਲ ਚੱਲੀ ਸੀ ਅੱਧਕ ਦੀ, ਅੱਧਕ ਇੱਕ ਕੱਚਾ ਚਿੰਨ੍ਹ ਹੈ, ਜਿਵੇਂ ਕੱਕੇ ਨੂੰ ਕੰਨਾ, ਕੱਕੇ ਨੂੰ ਕੰਨਾ ਜੇ ਸ਼ੁੱਧ ਪੰਜਾਬੀ ਦੇ ਮੁਤਾਬਕ ਪੜ੍ਹਿਆ ਜਾਵੇ ਤਾਂ ਇਹ ਬਣਦਾ ਕਾ ਕਾ, ਚੱਚੇ ਨੂੰ ਕੰਨਾ, ਚੱਚੇ ਨੂੰ ਕੰਨਾ ਜੇ ਸ਼ੁੱਧ ਉਚਾਰਨ ਕੀਤਾ ਜਾਵੇ ਤਾਂ ਇਹ ਬਣਦਾ ਚਾ ਚਾ, ਪਰ ਅਸੀਂ ਚਾਚਾ ਕਹਿੰਦੇ ਹਾਂ, ਅੱਧਕ ਸਾਡਾ ਆਪਣੇ ਕੋਲੋਂ ਲੱਗਦਾ ਆ, ਅੱਧਕ ਕੱਚਾ ਚਿੰਨ੍ਹ ਹੈ ਜੋ ਸਾਡੀ ਬੋਲੀ ਦੇ ਵਿੱਚ ਕਈ ਵਾਰੀ ਆ ਜਾਂਦਾ ਆ, ਪਰ ਲੋੜ ਤੋਂ ਵੱਧ ਕੇ ਬਿੰਦੀਆਂ ਲਾਉਣੀਆਂ ਜਾਂ ਕਹਿ ਦੇਣਾ ਕਿ ਇਹਦਾ ਸੰਬੰਧ ਸਿਰਫ ਅਤੇ ਸਿਰਫ ਅਰਥਾਂ ਦੇ ਨਾਲ ਹੈ, ਇੱਕ ਵਚਨ ਅਤੇ ਬਹੁਵਚਨ ਦੇ ਨਾਲ ਹੈ ਅਤੇ ਇਹਨਾਂ ਚੀਜ਼ਾਂ ਨੂੰ ਨਹੀਂ ਉਚਾਰਨਾ। ਹੌਲੀ ਹੌਲੀ ਕੁਝ ਐਸੇ ਲੋਕ ਆਉਣਗੇ ਜਿਹੜੇ ਗੱਲ ਆਖਣਗੇ ਕਿ ਜੇ ਉਚਾਰਨਾ ਹੀ ਨਹੀਂ ਤਾਂ ਇਹਨਾਂ ਨੂੰ ਕੱਟ ਹੀ ਦਿਓ, ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਬੜਾ ਭਿਆਨਕ ਹੋ ਸਕਦਾ ਹੈ। ਅੱਛਾ, ਸਾਡੇ ਦਰਸ਼ਕ ਗੁਰਬਾਣੀ ਪੜ੍ਹਦੇ ਨੇ, ਕੁਝ ਸਹਿਜ ਪਾਠ ਕਰਦੇ ਨੇ, ਨਿਤਨੇਮ ਕਰਦੇ ਨੇ, ਉਹਨਾਂ ਦੇ ਅੰਦਰ ਇੱਕ ਲਾਲਸਾ ਪੈਦਾ ਕਰ ਦਿੱਤੀ ਆਪਾਂ ਨੇ ਕਿ ਸ਼ੁੱਧ ਪਾਠ ਕੀ ਹੁੰਦਾ ਅਤੇ ਅਸ਼ੁੱਧ ਪਾਠ ਕੀ ਹੁੰਦਾ ਅਤੇ ਇਹਦੇ ਬਾਬਤ ਥੋੜ੍ਹਾ ਜਿਹਾ ਹੋਰ ਖੁਲਾਸਾ ਕਰ ਦਿਓ। ਹਾਂ ਭਾਈ ਮੁਕਤ ਸਾਹਿਬ ਜੀ, ਹੈ ਇਹਦੇ ਬਾਬਤ ਆਪਾਂ ਇੰਝ ਸਮਝ ਲਈਏ ਹੈ ਵੀ ਮੈਂ ਬਾਣੀ ਪੜ੍ਹ ਰਿਹਾ ਹਾਂ ਅਤੇ ਤੁਸੀਂ ਬਾਣੀ ਪਰਲੇ ਪਾਸੇ ਮੇਰੇ ਤੋਂ ਦੂਰ ਕਲਮ ਲੈ ਕੇ ਲਿਖ ਰਹੇ ਹੋ ਬਾਣੀ ਨੂੰ ਹੈ। ਹੁਣ ਜਦੋਂ ਮੈਂ ਬਾਣੀ ਪੜ੍ਹੂੰਗਾ ਉੱਤੋਂ ਹੈ, ਜੋ ਮੈਂ ਉਚਾਰਨ ਕਰੂੰਗਾ ਤੁਸੀਂ ਉਹ ਲਿਖ ਦੇਣਾ ਉਹਦੇ ਉੱਤੇ। ਹਾਂਜੀ, ਪਹਿਲੇ ਸਮੇਂ ਵਿੱਚ ਹੁੰਦਾ ਸੀ ਫੱਟੀ ਲੈ ਕੇ ਆਪਾਂ ਮਲਾਹ ਲਿਖਦੇ ਹੁੰਦੇ ਸੀ ਟੀਚਰਾਂ ਦੇ ਕੋਲੋਂ, ਹੈ ਟੀਚਰ ਕੀ ਕਹਿੰਦੇ ਉਹ ਬੈਠਾ ਲਿਖਾਉਂਦਾ ਹੁੰਦਾ ਸੀ ਕਿਤਾਬ ਲੈ ਕੇ, ਆਪਾਂ ਉਹ ਤੋਂ ਲਿਖੀਦਾ ਆਪਣੇ ਬੈਠ ਕੇ ਆਪਣੀਆਂ ਫੱਟੀਆਂ ਦੇ ਉੱਤੇ ਹੈ, ਉਹ ਫਿਰ ਚੈੱਕ ਕਰਦੇ ਵੀ ਕਿੱਥੋਂ ਸਪੈਲਿੰਗ ਮਿਸਟੇਕ ਹੋ ਗਿਆ। ਜੇ ਮੈਂ ਪੜ੍ਹੇ ਗਲਤ ਰਿਹਾ, ਲਗਾ ਮਾਤਰ ਆਪਣੇ ਕੋਲੋਂ ਛੱਡ ਰਿਹਾ, ਹਾਹਾ ਅੱਖਰ ਬੋਲਣ ਤੋਂ ਉਹਨੂੰ ਸਾਈਲੈਂਟ ਕਰ ਰਿਹਾ ਅੱਖਰ ਨੂੰ, ਤੇ ਤੁਸੀਂ ਵੀ ਨਹੀਂ ਲਿਖੋਗੇ ਉੱਥੇ।
ਠੀਕ ਹੈ ਜੀ, ਜੇ ਮੈਂ ਆਪਣੇ ਕੋਲੋਂ ਬਿੰਦੀਆਂ ਟਿੱਪੀਆਂ ਲਾ ਜੂੰਗਾ ਲੋੜ ਤੋਂ ਵੱਧ ਅੱਧ ਠੋਕੀ ਜਾਊਂਗਾ ਹੈ, ਤੇ ਤੁਸੀਂ ਵੀ ਠੋਕੋਂਗੇ ਉੱਤੇ ਹੈ। ਉਹ ਜਦ ਤੁਹਾਡੀ ਚੀਜ਼ ਲਿਆ ਕੇ ਬਾਣੀ ਨਾਲ ਮਿਲਾਵਾਂਗੇ ਉਹ ਸਰੂਪ ਨਾਲ ਨਹੀਂ ਮਿਲੂਗੀ, ਨਹੀਂ ਮਿਲੂਗੀ, ਕਿਉਂਕਿ ਉਹ ਨਹੀਂ ਮਿਲ ਸਕਦੀ ਕਿਸੇ ਤਰ੍ਹਾਂ, ਕਿਉਂਕਿ ਮੈਂ ਸਪੈਲਿੰਗ ਹੀ ਮਿਸਟੇਕ ਕੀਤੇ ਉਹਦੇ ਸਾਰੇ। ਉਹ ਬਿਲਕੁਲ ਅਸ਼ੁੱਧ ਆਪਣੇ ਆਪ ਅਸ਼ੁੱਧ ਹੋ ਜੂਗੀ ਹੈ ਬਾਣੀ ਹੈ। ਅਸਲ ਵਿੱਚ ਮੈਂ ਉੱਥੋਂ ਪੜ੍ਹ ਕੇ ਬੋਲਾਂ ਜਾਂ ਤੁਸੀਂ ਬੋਲੋ, ਕੋਈ ਤੀਸਰਾ ਬੰਦਾ ਲਿਖੇ ਉਹਨੂੰ ਹੈ, ਹੂ ਬਹੂ ਇਸ ਤਰ੍ਹਾਂ ਬੋਲੇ ਜਿੱਦਾਂ ਮਹਾਰਾਜ ਦੀ ਬਾਣੀ ਸਰੂਪ 'ਤੇ ਹੈ, ਉਹਨੂੰ ਲਿਖਣ ਵਾਲਾ ਉੱਦਾਂ ਹੀ ਲਿਖਦੇ, ਉਨੀਆਂ ਲਗਾ ਮਾਤਰਾ ਲਾ ਕੇ ਜਿੰਨੀਆਂ ਲੱਗੀਆਂ ਨੇ ਉਹਨਾਂ ਨਾਲ ਮਿਲਾਇਆ ਜਾਵੇ ਫਿਰ ਉਹ ਸ਼ੁੱਧ ਪਾਠ ਹੈ, ਨਹੀਂ ਤਾਂ ਉਹ ਸ਼ੁੱਧ ਪਾਠ ਹੈ। ਇਹ ਕਦੀ ਨਹੀਂ ਹੋ ਸਕਦਾ ਵੀ ਜਿਹੜਾ ਬੰਦਾ ਬੋਲਣ ਵਾਲਾ ਜੋ ਲਗਾ ਮਾਤਰਾ, ਮੰਨ ਲਓ ਜਿਵੇਂ ਆਪਾਂ ਕਹਿੰਦੇ ਵੀ ਔਂਕੜ ਲੱਗ ਗਿਆ ਕਿਸੇ ਅੱਖਰ ਨੂੰ, ਇਹ ਇੱਕ ਵਚਨ ਬਣ ਗਿਆ, ਤੁਸੀਂ ਔਂਕੜ ਆਪਾਂ ਅੱਕੜ ਬੋਲਦੇ ਹੈ ਨਹੀਂ, ਔਂਕੜ ਜੋ ਆਪਣਾ ਪ੍ਰੋਨਾਂਸੀਏਸ਼ਨ ਅੱਜ ਦਾ ਹੈ, ਜਿਹੜਾ ਬਾਹਰ ਪਾਣੀ ਲਾਉਂਦਾ ਖੇਤਾਂ ਦੇ ਵਿੱਚ ਉਹ ਬਾਣੀ ਸੁਣ ਰਿਹਾ ਹੈ, ਉਹਨੂੰ ਕਿੱਦਾਂ ਪਤਾ ਲੱਗੂ ਤੁਸੀਂ ਔਂਕੜ ਬੋਲਿਆ ਨਹੀਂ ਵੀ ਇੱਥੇ ਔਂਕੜ ਹੈਗਾ, ਇੱਕ ਵਚਨ ਬਣ ਗਿਆ ਕਿ ਬਹੁਤ ਵਚਨ ਹੈ, ਗਲਤ ਹੋ ਗਿਆ ਨਾ ਉਹਦੇ ਭਾਲ ਲਈ ਤਾਂ ਗਲਤ ਹੈ। ਇਸ ਕਰਕੇ ਆਪਾਂ ਅੱਜ ਇਹ ਥਿਊਰੀ ਬਣ ਲਈ ਹੈ ਵੀ ਆਪਾਂ ਲਗਾ ਮਾਤਰਾ ਬੋਲਣੀਆਂ ਨਹੀਂ, ਪਰ ਜਦੋਂ ਅਰਥ ਕਰਨੇ ਫਿਰ ਕਹਿੰਦੇ ਆਹ ਲਗ ਮਾਤਰ ਲੱਗੀ ਇੱਕ ਵਚਨ ਬਣ ਗਿਆ, ਦੋ ਵਚਨ ਬਣ ਗਿਆ, ਉਹ ਤੁਹਾਨੂੰ ਤਾਂ ਸਰੂਪ 'ਤੇ ਦਿਸਦਾ ਹੈ। ਦੂਸਰਾ, ਜਦੋਂ ਕਥਾ ਦੇ ਵਿੱਚ ਦੇਖੋ ਤੁਸੀਂ ਬਿੰਦੀ ਜਾਂ ਹੋਰ ਕਿਸੇ ਚੀਜ਼ ਦੀ ਵਰਤੋਂ ਕਰੋ, ਉਹ ਇੱਕ ਅਲੱਗ ਚੀਜ਼ ਹੈ, ਉਹ ਬੰਦਾ ਦੱਸੇ ਵੀ ਆ ਠੀਕ ਹੈ ਇੱਦਾਂ ਕਰਕੇ ਇਹਦੇ ਅਰਥ ਉਹਦੇ ਕਰਨ ਵਾਲਾ ਕਰੇ, ਪਰ ਜਿਹੜਾ ਮੂਲ ਪਾਠ ਹੈ ਬਾਣੀ ਦਾ ਉਹਨੂੰ ਵਿਗਾੜਨ ਦਾ ਕਿਸੇ ਨੂੰ ਹੱਕ ਨਹੀਂ ਹੈ। ਕਹਿਣ ਤੋਂ ਭਾਵ ਕਿ ਅਰਥਾਂ ਵੇਲੇ ਆਪਣੀ ਵਿਦਵਤਾ ਜਿੰਨੀ ਮਰਜ਼ੀ ਸਾਬਤ ਕਰ ਲਓ, ਹਾਂਜੀ ਹਾਂਜੀ, ਵੀ ਸ਼ਬਦ ਮੂਲ ਕੀ ਹੈ, ਕਿਹੜੀ ਭਾਸ਼ਾ 'ਚੋਂ ਆਇਆ, ਕਿਉਂਕਿ ਇੱਕ ਭਾਸ਼ਾ ਦੂਜੀ ਭਾਸ਼ਾ ਦੇ ਕੋਲੋਂ ਸ਼ਬਦ ਲੈ ਲੈਂਦੀ ਹੈ, ਲੈ ਲੈਂਦੀ ਹੈ, ਪਰ ਉਹਦੀ ਗ੍ਰਾਮਰ ਆਪਣੀ ਹੁੰਦੀ ਹੈ, ਪ੍ਰੋਨਾਂਸੀਏਸ਼ਨ ਆਪਣਾ ਹੁੰਦਾ ਆ, ਵੀ ਤੁਹਾਡੇ ਕਹਿਣ ਤੋਂ ਭਾਵ ਕਿ ਉਚਾਰਨ ਵੇਲੇ ਉਹੀ ਰੱਖੋ ਜੋ ਗੁਰਬਾਣੀ ਦੇ ਵਿੱਚ ਲਿਖਿਆ ਲਿਖਿਆ, ਅਰਥਾਂ ਵੇਲੇ ਆਪਣੀ ਵਿਦਵਤਾ ਸਾਬਤ ਕਰ ਦਿਓ। ਹਾਂ, ਉਹ ਹੋ ਸਕਦਾ ਜਿਹੜੀ ਚੀਜ਼ਾਂ ਦਾ ਉਹ ਜਿਹੜਾ ਕਥਾਕਾਰ ਹੈ ਉਹਨੂੰ ਦੱਸ ਸਕਦਾ ਵੀ ਜੇ ਏਦਾਂ ਇਹਦੇ ਅਰਥ ਬਣਾ ਦਈਏ ਤਾਂ ਏਦਾਂ ਹੋਰ ਸਜਾਇਆ ਜਾ ਸਕਦਾ, ਪਰ ਜਿਹੜਾ ਅੱਜ ਟੀਵੀ ਦੇ ਉੱਪਰ ਚੱਲ ਰਿਹਾ ਉਹਦੇ ਵਿੱਚ ਤਾਂ ਬਕਾਇਦਾ ਦੱਸਿਆ ਜਾ ਰਿਹਾ ਵੀ ਆਹ ਇੱਕ ਵਚਨ ਹੈ, ਇਹਦਾ ਅਰਥਾਂ ਦੇ ਨਾਲ ਸੰਬੰਧ ਹੈ। ਹਾਂ, ਤੁਸੀਂ ਦੇਖਿਆ ਹੋਣਾ ਮਹੂ ਸਾਹਿਬ ਵੀ ਉਹ ਜਦੋਂ ਉਚਾਰਨ ਉਹਦਾ ਕਰਦੇ ਨਹੀਂ ਹੈ ਤੇ ਦੱਸ ਰਹੇ ਹੈ ਜਦੋਂ ਕਥਾ ਕਰਦੇ ਵੀ ਇੱਥੇ ਔਂਕੜ ਲੱਗ ਗਿਆ ਤੇ ਇੱਕ ਬੱਚੇ ਨੇ, ਜਦੋਂ ਪੜ੍ਹਨਾ ਹੁੰਦਾ ਪਾਠ ਤੁਸੀਂ ਦੇਖਿਆ ਹੋਣਾ ਪਾਠ ਚੈਨਲਾਂ 'ਤੇ ਸੁਣ ਕੇ, ਮਗਰ ਉਹ ਕਦੀ ਉਚਾਰਦੇ ਨਹੀਂ ਹੈ, ਕਈ ਥਾਂ ਸਿਹਾਰੀ ਛੱਡ ਰਹੇ ਆ, ਹਾਹਾ ਅੱਖਰ ਉਡਾ ਰਹੇ ਆ, ਕਿਤੇ ਔਂਕੜ ਨੂੰ ਉਡਾ ਰਹੇ ਆ, ਐਸਾ ਨਹੀਂ ਹੋਣਾ ਚਾਹੀਦਾ। ਮੂਲ ਪਾਠ ਨੂੰ ਬਿਲਕੁਲ ਨਾ ਵਿਗਾੜੋ, ਜੇ ਤੁਸੀਂ ਵਿਗਾੜੋਗੇ ਪਾਠ ਨੂੰ ਮੂਲ ਪਾਠ ਨੂੰ ਹੈ, ਤੇ ਆਉਣ ਵਾਲਾ ਸਮਾਂ ਮੈਂ ਕਹਿੰਦਾ ਵੀ ਆਪਣੇ ਕੋਲੋਂ ਬਿੰਦੀ ਲਾਣਾ, ਤੁਸੀਂ ਕੱਲ੍ਹ ਨੂੰ ਵੱਧ ਕਰਾ ਦੋਗੇ, ਤੀਆ ਬੰਦਾ ਟਿੱਪੀ ਲਾ ਦੂਗਾ, ਤੀਆ 'ਚ ਉੱਥੇ ਸ਼ਬਦ ਹੀ ਚੇਂਜ ਕਰ ਦੂੰਗੇ, ਇਹਦਾ ਤਾਂ ਮੂਲ ਪਾਠ ਦਾ ਰਹਿਣਾ ਨਹੀਂ ਕੁਛ ਵੀ ਹੈ। ਮੂਲ ਪਾਠ ਨੂੰ ਬਿਲਕੁਲ ਨਾ ਛੇੜੋ, ਐਜ਼ ਇਟ ਇਜ਼ ਜਿੱਦਾਂ ਉਹ ਲਿਖਿਆ ਗਿਆ ਉਹਦਾ ਪ੍ਰੋਨਾਂਸੀਏਸ਼ਨ ਉੱਦਾਂ ਹੀ ਹੋਣਾ ਚਾਹੀਦਾ ਹੈ। ਹਾਂ, ਬਸ ਕੇਵਲ ਤੇ ਕੇਵਲ ਗੁਰੂ ਮਹਾਰਾਜ ਜੀ ਦੇ ਸਮੇਂ ਇਹ ਸਵਾਲ ਪੈਦਾ ਹੋਇਆ ਸੀ, ਉਹਨੇ ਕਿਹਾ ਵੀ ਕਿਤੇ ਕਿਤੇ ਅੱਧਕ ਦੀ ਵਰਤੋਂ ਕਿਤੇ ਕਿਤੇ, ਨਹੀਂ ਤਾਂ ਕੱਚਾ ਅੱਧ ਕਈ ਥਾਂ 'ਤੇ ਆਪ ਵੀ ਟਾਈਮ ਸਰ ਜਾਂਦਾ ਹੈ ਤੇ ਉਹਨੂੰ ਵਾਧਾ ਨਹੀਂ, ਜਿੱਥੇ ਜ਼ਰੂਰੀ ਹੈ ਵੀ ਜਿੱਥੇ ਅੜੀ ਗਿਆ ਸ਼ਬਦ ਉਹ ਗਲਤ ਹੋ ਰਿਹਾ ਤਾਂ ਫਿਰ ਉੱਥੇ ਤੁਸੀਂ ਜਿੱਦਾਂ ਕਰਨ ਮੁਸੱਲਾ ਸੂਫ ਗੱਲ, ਫਿਰ ਜੇ ਆਪਾਂ ਮੁਸੱਲਾ ਕਹਿੰਦੇ ਤਾਂ ਗਲਤ ਗੱਲ ਹੈ। ਇਸ ਕਰਕੇ ਆਪਣੀ ਮਨਮਤ ਨਾ ਵਰਤੀਏ, ਗੁਰਮਤ ਨੂੰ ਮੁੱਖ ਰੱਖਦੇ ਹੋਏ ਇਹਨੂੰ ਆਪਾਂ ਲਈਏ, ਤਾਂ ਹੀ ਇਹ ਕੰਮ ਸ਼ੁੱਧ ਹੋ ਸਕਦਾ ਹੈ ਜੀ, ਇਹਦੇ ਤੋਂ ਬਗੈਰ ਨਹੀਂ ਹੋ ਸਕਦਾ ਹੈ। ਇਹਦੇ ਲਈ ਤੁਸੀਂ ਸਾਨੂੰ ਹੋਰ ਵੀ ਉਦਾਹਰਣਾਂ ਦੇ ਸਕਦੇ ਹੋ, ਪਰ ਦਰਸ਼ਕੋ ਸਮਾਂ ਹੋ ਗਿਆ, ਹੁਣ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤੇ ਦਿਲੋਂ ਸਵਾਗਤ ਕਰਦਾ ਹਾਂ। ਭਾਈ ਸਾਹਿਬ, ਆਪਾਂ ਇਹ ਗੱਲ ਕਰ ਰਹੇ ਸਾਂ ਕਿ ਜਿਹੜੀ ਤੁਸੀਂ ਗੱਲ ਕਹੀ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਅੱਧਕ ਜਿਹੜਾ ਆ ਉਚਾਰਨ ਵੇਲੇ ਲਾ ਲਿਆ ਜੇ ਰਿਟਨ ਦੇ ਵਿੱਚ ਨਹੀਂ, ਹਾਂਜੀ ਹਾਂਜੀ, ਕੋਈ ਇਤਿਹਾਸ ਵਿੱਚੋਂ ਇਸ ਤਰ੍ਹਾਂ ਦੇ ਕੋਈ ਗੁਰਬਾਣੀ ਸ਼ੁੱਧ ਦੇ ਕੋਈ ਨਮੂਨੇ ਮਿਲਦੇ ਆ? ਹਾਂ ਬਿਲਕੁਲ ਜੀ ਬਿਲਕੁਲ, ਇਹ ਕਿਉਂ ਨਹੀਂ ਮਿਲਦੇ ਹੈ? ਗੁਰੂ ਮਹਾਰਾਜ ਦੇ ਸਮੇਂ ਇਹ ਗੱਲਾਂ ਜਿਹੜੀਆਂ ਉਦੋਂ ਵੀ ਹੋਈਆਂ ਅਤੇ ਅੱਜ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ। ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਹਿਲਾਂ ਅੰਮ੍ਰਿਤਸਰ ਵਾਲਾ ਜੰਗ ਫਤਿਹ ਕਰ ਲਿਆ ਸੀ ਅਤੇ ਗੁਰੂ ਮਹਾਰਾਜ ਜੀ ਗਰਮੀਆਂ ਦੀ ਆਮਦ ਦੇਖ ਕੇ ਚੁਮਾਸਾ ਕੱਟਣ ਲਈ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ 'ਤੇ ਆ ਗਏ, ਬੜਾ ਸੰਗਤਾਂ ਦਾ ਇਕੱਠ ਹੋਇਆ, ਪਰ ਉਸ ਧਰਤੀ ਦੇ ਉੱਤੇ ਜਲੰਧਰ ਦੇ ਸੂਬੇ ਨਾਲ ਮਿਲ ਕੇ ਭਗਵਾਨ ਦਾਸ ਘੇਰੜ ਕਬਜ਼ਾ ਕਰੀ ਬੈਠਾ ਸੀ। ਉਹਨਾਂ ਨੂੰ ਗੁਰੂ ਮਹਾਰਾਜ ਦੀ ਆਮਦ ਚੰਗੀ ਨਾ ਲੱਗੀ ਹੈ। ਗੁਰੂ ਮਹਾਰਾਜ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਵੀ ਅਸੀਂ ਧਰਤੀ ਨਾਲ ਚੱਕ ਕੇ ਨਹੀਂ ਲੈ ਜਾਣੀ, ਥੋੜ੍ਹਾ ਸਮਾਂ ਵਾਸਤੇ ਆਏ, ਅਸੀਂ ਵਾਪਸ ਚਲੇ ਜਾਣਾ, ਪਰ ਉਹ ਮੰਨਿਆ ਨਾ। ਉਹਨੂੰ ਗੁਰੂ ਦਰੋਹੀ ਨੇ ਕਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਸ ਕਰਕੇ ਮੁੜ ਕੇ ਸਿੱਖਾਂ ਨੇ ਉਹਨੂੰ ਥੋੜ੍ਹਾ ਝਾਟਾ ਛਕਾਇਆ ਤੋਂ ਵਿਚਾਰਾ ਰੱਬ ਨੂੰ ਪਿਆਰਾ ਹੋ ਗਿਆ ਹੈ। ਉਹਦੇ ਮਗਰੋਂ ਤਿੰਨ ਜਰਨੈਲ ਚੜ੍ਹ ਕੇ ਗੁਰੂ ਮਹਾਰਾਜ ਉੱਤੇ ਆ, ਜਲੰਧਰ ਦਾ ਸੂਬੇ ਅਬਦੁਲ ਖਾਂ ਅਤੇ ਭਗਵਾਨ ਦਾਸ ਘੇਰੜ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਪਾਪੀ ਦਾ ਪੁੱਤਰ ਕਰਮ ਚੰਦ, ਇਹ ਤਿੰਨ ਜਰਨੈਲ 20,000 ਸੈਨਾ ਲੈ ਕੇ ਉੱਥੇ ਪੁੱਜੇ ਹੈ ਅਤੇ ਘਮਸਾਨ ਦੀ ਜੰਗ ਹੋਈ ਹੈ। ਇੱਕ ਦਿਨ 'ਚ ਜੰਗ ਫਤਿਹ ਹੋ ਗਈ। ਜਦੋਂ ਸਵੇਰ ਹੋਈ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਮੁਸਲਮਾਨ ਜਰਨੈਲਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਹੈ ਇੱਕ ਥਾਂ ਦਫਨਾਈਆਂ ਗਈਆਂ ਅਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਭਲੇ ਵਾਸਤੇ ਉਹਦੇ ਉੱਤੇ ਚੰਗਾ ਵੱਡਾ ਚਬੂਤਰਾ ਰਚਨ ਕੀਤਾ ਹੈ, ਇੱਕ ਥੜਾ ਸਾਹਿਬ ਬਣਾਇਆ, ਉੱਤੇ ਦੀਵਾਨ ਸਜਾਇਆ, ਕਿ ਗੁਰੂ ਮਹਾਰਾਜ ਜੀ ਲਈ ਸਾਰਿਆਂ ਲਈ ਪਿਆਰ ਸੀ ਹੈ। ਉਹ ਤਾਂ ਚੜ੍ਹ ਕੇ ਆਏ
ਜਿਹੜਾ ਸਾਨੂੰ ਜਾਜੀ ਸਾਹਿਬ ਜੀ ਦਾ ਸ਼ੁੱਧ ਪਾਠ ਕਰਕੇ ਸੁਣਾਵੇ। ਸ਼ੁੱਧ ਪਾਠ ਦੇ ਬਾਬਤੋਂ ਨਹੀਂ ਕੀ ਕਿਹਾ, ਜਥਾ ਯੋਗ ਮਾਤਰਾ ਔਰ ਵਰਣ, ਜਿੰਨੀਆਂ ਮਾਤਰਾ ਲੱਗੀਆਂ ਨੇ, ਪਠੇ ਸੰਭਾਰੇ ਸੁਣਾਵ ਹੈ ਕਰਨ, ਸਾਨੂੰ ਉਹ ਸਾਰੀਆਂ ਲਗਾ ਮਾਤਰਾ ਸਹਿਤ ਪਾਠ ਕਰਕੇ ਸੁਣਾਵੇ। ਇਹ ਗੁਰੂ ਮਾਂ ਨੇ ਆਪ ਵਾਕ ਕਹੇ ਹੈ। ਜਦੋਂ ਗੁਰੂ ਮਾਂ ਨੇ ਇਹ ਬਚਨ ਕੀਤੇ ਹੈ ਅਤੇ ਸੰਗਤ ਦੇ ਵਿੱਚੋਂ ਭਾਈ ਗੋਪਾਲਾ ਜੀ ਉੱਠੇ ਹੈ, ਉਹਨਾਂ ਨੇ ਗੁਰੂ ਮਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਕਹਿਣ ਲੱਗੇ ਸਤਿਗੁਰੂ ਜੀ ਆਪ ਕਿਰਪਾ ਕਰੋ ਅਤੇ ਮੈਂ ਤੁਹਾਨੂੰ ਸ਼ੁੱਧ ਬਾਣੀ ਦਾ ਪਾਠ ਲਗਾ ਮਾਤਰਾ ਸਹਿਤ ਸੁਣਾਉਂਦਾ। ਗੁਰੂ ਮਹਾਰਾਜ ਜੀ ਨੇ ਆਪ ਤੋਂ ਉੱਚਾ ਆਸਣ ਢੁਆਇਆ ਹੈ, ਉਹਦਾ ਲਗਾਇਆ ਹੈ, ਅਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਸਾਨੂੰ ਉੱਚਾ ਹੋ ਕੇ ਕੋਈ ਬਾਣੀ ਸੁਣੀ ਹੈ, ਸਾਡੇ ਤੋਂ ਉੱਚੇ ਹੋ ਕੇ ਤੂੰ ਸਾਨੂੰ ਬਾਣੀ ਸੁਣਾ। ਮੁੱਖ ਤੋਂ ਬੋਲਿਆ ਉਹਨੇ ਇੱਕ ਓਅੰਕਾਰ, ਜਦੋਂ ਮੁੱਖ ਤੋਂ ਇੱਕ ਓਅੰਕਾਰ ਬੋਲਿਆ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਅਧ ਵਿੱਚ ਸੀਸ ਨੂੰ ਆਇਆ ਹੈ ਬਾਣੀ ਨੂੰ ਹੈ, ਅਤੇ ਜੋ ਪਾਠ ਕਰਨ ਲੱਗਿਆ ਸਨੇ ਸਨੇ ਸਭ ਕੀਨ ਸੰਭਾਰ ਹੈ, ਸਾਰੀਆਂ ਉਹਨੇ ਬਾਣੀ ਨੂੰ ਲਗਾ ਮਾਤਰਾ ਸਾਰੀਆਂ ਕੋਲੋਂ ਕੋਈ ਲਗ ਮਾਤਰ ਨਹੀਂ ਲਾਈ ਜਿੱਦਾਂ ਅੱਜ ਆਪਾਂ ਲਾ ਰਹੇ ਹਾਂ, ਸਾਰੀ ਉਹਨੇ ਪਾਠ ਸੁਣਾਇਆ। ਅਤੇ ਜਦੋਂ ਪਾਠ ਸਾਰਾ ਸੁਣਾਇਆ ਹੈ, ਜਦੋਂ ਪਾਠ ਗਿਆ ਧਰਮ ਖੰਡ ਕਾ ਇਹੋ ਧਰਮ, ਅਤੇ ਗੁਰੂ ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਸਿੱਖ ਨੇ ਸਾਨੂੰ ਬਾਣੀ ਬਹੁਤ ਸੁੰਦਰ ਸੁਣਾਈ ਹੈ, ਇਹਨੂੰ ਕੁਛ ਇਹਦੇ ਲਈ ਦੇਣਾ ਚਾਹੀਦਾ ਹੈ। ਉਹਨੇ ਸਾਰੇ ਪਾਸੇ ਤਰਲੋਕੀ 'ਚ ਨਿਗਾਹ ਮਾਰੀ ਹੈ ਵੀ ਕਿਹੜੀ ਚੀਜ਼ ਜਿਹੜੀ ਇਸ ਸਿੱਖ ਨੂੰ ਦਿੱਤੀ ਜਾਵੇ ਹੈ, ਇਹ ਸੋਚ ਰਹੇ ਸੀ ਗੁਰੂ ਮਹਾਰਾਜ ਜੀ। ਕਦੀ ਮਨ ਵਿੱਚ ਖਿਆਲ ਆ ਵੀ ਧਰਤੀ ਦਾ ਰਾਜ ਇਹਨੂੰ ਦੇ ਦਈਏ ਸਾਰਾ ਹੀ, ਇੰਨੀ ਸ਼ੁੱਧ ਬਾਣੀ ਸਾਨੂੰ ਸੁਣਾਈ ਹੈ ਲਗਾ ਮਾਤਰਾ ਸਹਿਤ, ਕੋਲੋਂ ਕੋਈ ਬਿੰਦੀ ਟਿੱਪੀ ਨਹੀਂ ਲਾਈ ਹੈ, ਸਾਰਾ ਕੁਛ ਸੁਣਾਇਆ ਹੈ। ਅਤੇ ਗੁਰੂ ਮਹਾਰਾਜ ਜੀ ਇਹ ਸੋਚ ਰਹੇ ਸੋਚਦੇ ਸੋਚਦੇ ਬਾਣੀ ਚਲੇ ਗਈ, ਸਲੋਕ ਪਵਨ ਗੁਰੂ ਪਾਣੀ ਪਿਤਾ ਦੇ ਕੋਲ, ਅਤੇ ਗੁਰੂ ਮਾਂ ਨੇ ਅਖੀਰ ਰਿਜ਼ਲਟ ਇਹ ਕੱਢਿਆ ਹੈ ਵੀ ਇਸ ਸਿੱਖ ਨੂੰ ਮੈਂ ਗੁਰਤਾ ਗੱਦੀ ਦੇ ਦੇਣੀ ਹੈ, ਆਪ ਸਿੱਖ ਬਣ ਜਾਣਾ ਮਨਜ਼ੂਰ ਹੈ ਜਿਹਨੇ ਬਾਣੀ ਇੰਨੀ ਸ਼ੁੱਧ ਸੁਣਾਈ ਹੈ। ਅਤੇ ਗੁਰੂ ਮਾਂ ਨੇ ਆਪਣਾ ਸੱਜਾ ਗੋਡਾ ਚੁੱਕਿਆ ਉੱਠਣ ਵਾਸਤੇ, ਗੁਰਿਆਈ ਦਾ ਤਿਲਕ ਦੇਣ ਵਾਸਤੇ। ਇਹਨਾਂ ਨੂੰ ਸਿੱਖ ਦੇ ਮਨ ਵਿੱਚ ਵਿਚਾਰ ਆ ਗਈ ਹੈ ਕਿ ਗੁਰੂ ਮਹਾਰਾਜ ਜੀ ਨੇ ਭੋਗ ਵੀ ਨਹੀਂ ਪੈਣ ਤਾਂ ਪਤਾ ਨਹੀਂ ਉੱਠ ਚੱਲੇ ਕਿਸੇ ਮਹਿਮ 'ਤੇ, ਹੁੰਦਾ ਨਾ ਤਾਂ ਮੈਨੂੰ ਭੋਗ ਪੈਣ ਤੋਂ ਬਾਅਦ ਸਿਰੋ ਪਾਓ ਵਜੋਂ ਜਿਹੜੇ ਸੁਭਾਗਾ ਜੀ ਨੇ 5 ਘੋੜੇ ਲਿਆਉਂਦੇ ਸੀ ਹੈ, ਸਵਾ ਸਵਾ ਲੱਖ ਦੇ ਹੈ, ਉਹਨਾਂ ਵਿੱਚੋਂ 2 ਘੋੜੇ ਜਿਹੜੇ ਤਬੇਲੇ 'ਚ ਖੜ੍ਹੇ ਉਹਨਾਂ 'ਤੇ ਸੁਨਹਿਰੀ ਕਾਠੀਆਂ, ਉਹਨਾਂ 'ਚ ਇੱਕ ਘੋੜਾ ਹੀ ਮੈਨੂੰ ਬਖਸ਼ ਦਿੰਦੇ ਹੈ। ਗੁਰੂ ਮਹਾਰਾਜ ਦੀ ਉਹਦੀ ਵਿਚਾਰ ਦਿਲ ਦੀ ਜਾਣ ਕੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਗੁਰੂ ਮਹਾਰਾਜ ਜੀ ਥੱਲੇ ਬੈਠ ਗਏ। ਜਦੋਂ ਭੋਗ ਪਿਆ, ਗੁਰੂ ਮਾਂ ਨੇ ਇੱਕ ਗੱਲ ਕਹੀ ਸਿੱਖਾਂ ਨੂੰ, ਕਹਿੰਦੇ ਦੌੜ ਕੇ ਜਾ ਕੇ ਘੋੜਾ ਲੈ ਕੇ ਆਓ ਕੱਢ ਕੇ ਉੱਥੋਂ। ਉਹ ਘੋੜਾ ਲਿਆਂਦਾ ਗਿਆ, ਜਿੱਥੇ ਸੁਨਹਿਰੀ ਕਾਠੀ 1.25 ਲੱਖ ਦਾ ਘੋੜਾ, 1.25 ਲੱਖ ਦੀ ਸੁਨਹਿਰੀ ਕਾਠੀ, 2.5 ਲੱਖ ਦਾ ਘੋੜਾ ਗੁਰੂ ਮਾਂ ਨੇ ਪੇਸ਼ ਕੀਤਾ, ਇਕੱਲਾ ਘੋੜਾ ਨਹੀਂ ਪੇਸ਼ ਕੀਤਾ, ਬੇਹੱਦ ਧਨ ਦੌਲਤ ਦਿੱਤਾ ਭਾਈ ਗੋਪਾਲੇ ਨੂੰ, ਧਨ ਦੌਲਤ ਨਹੀਂ ਇਕੱਲਾ ਦਿੱਤਾ, ਫਿਰ ਉਹਨੂੰ ਕਿਹਾ ਭਾਈ ਗੋਪਾਲੇ ਤੂੰ ਫਿਰ ਵੀ ਧਨ ਹੈ, ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਬਾਣੀ ਦਾ ਸ਼ੁੱਧ ਪਾਠ ਸੁਣਾਇਆ, ਤੇਰਾ ਜਨਮ ਮਰਨ ਕੱਟਿਆ, ਤੇਰੀ ਕੁੱਲ ਬਖਸ਼ੀ ਜਿੱਥੇ ਕੋਈ 84 ਭੁਗਤਾ ਤੋਂ ਬਾਅਦ ਉਹਦੀ ਖਲਾਸੀ ਹੈ ਤੂੰ, ਇੰਨੀ ਮਾਣ ਮਰਿਆਦਾ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਸ਼ੁੱਧ ਪਾਠ ਸੁਣਾਉਣ ਵਾਸਤੇ। ਕਹਿੰਦੇ ਤੈਨੂੰ ਸਭ ਕੁਛ ਦਿੱਤਾ ਹੈ, ਜਿਹੜਾ ਅੱਜ ਅਸੀਂ ਸਾਰਾ ਕੁਛ ਕਤਲ ਕਰਕੇ ਆਪਣੀ ਮਰਜ਼ੀ ਨਾਲ ਬਾਣੀ ਦੇ ਉੱਤੇ ਆਪਾਂ ਜੋੜ ਰਹੇ ਹਾਂ। ਅਤੇ ਗੁਰੂ ਕਿਸੇ ਕੋਲ ਦੇਖੋ ਸਾਰਾ ਉਹਨਾਂ ਨੇ ਮਖੂ ਸਾਹਿਬ ਗੁਰੂ ਮਹਾਰਾਜ ਅੱਗੇ ਪੜ੍ਹੋ ਬਿਰਤਾਂਤ, ਆਪਾਂ ਨੂੰ ਪਤਾ ਲੱਗਦਾ ਵੀ ਕਿਵੇਂ ਸ਼ੁੱਧ ਪਾਠ, ਇਹ ਜਿਹੜੀ ਅੱਗੇ ਤੋਕ ਨੂੰ ਸ਼ਬਦਾਂ ਨੂੰ ਬੋਲਣਾ ਉਹ ਤਾਂ ਬਾਅਦ ਦੀ ਗੱਲ, ਸ਼ੁੱਧ ਪਾਠ ਤਾਂ ਇਹੀ ਮੰਨਿਆ ਜਾਂਦਾ ਜਿਹੜੀਆਂ ਲਗਾ ਮਾਤਰਾ ਲੱਗੀਆਂ ਨੇ ਉਹਨੂੰ ਬੋਲ ਕੇ ਜਾਣਾ, ਕਿਸੇ ਨੂੰ ਸਾਈਲੈਂਟ ਨਹੀਂ ਕਰਨਾ, ਆਪਣੇ ਕੋਲੋਂ ਸਿਹਾਰੀ ਦੂਜਾ ਨਹੀਂ ਲਾਉਣਾ ਹੈ, ਨਾ ਸਿਹਾਰੀ ਲਾਉਣੀ ਹੈ ਅਤੇ ਨਾ ਲਾਉਣੀ ਆਪਣੇ ਕੋਲੋਂ ਹੈ, ਜੋ ਲਿਖਿਆ ਉਹੀ ਬੋਲਣਾ, ਬਿੰਦੀ ਟਿੱਪੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈ। ਜਿਹੜਾ ਕਥਾਕਾਰ ਹੈ ਤੁਹਾਨੂੰ ਦੱਸਦਾ ਕਿਤੇ ਬਹੁਤ ਬਚਨ ਬਣਨ ਵਾਲਾ ਤਾਂ ਉਹ ਬਣਾਵੇ ਬੇਸ਼ੱਕ ਜੋ ਮਰਜ਼ੀ ਕਰਦਾ ਜੇ, ਪਰ ਮੂਲ ਪਾਠ ਕਦੇ ਵਿਗੜਨਾ ਨਹੀਂ ਚਾਹੀਦਾ। ਹਾਂਜੀ, ਮਾਤਰਾ ਵਰਣ ਸੰਭਾਰੇ ਸਾਰੇ ਸ਼੍ਰੀ ਗੁਰੂ ਬਾਣੀ ਸਿੱਖ ਉਚਾਰੇ, ਮਹਾਂ ਮਹਾਤਮ ਕਰ ਦਿਖਰਾਇਓ ਨਹਿ ਤਿਰ ਲੋਕ ਮੈਂ ਸਮ ਕਿਛ ਪਾਇਓ। ਕਹਿੰਦੇ ਉਹ ਸ਼ੁੱਧ ਪਾਠ ਕੀਤਾ, ਗੁਰੂ ਮਾਂ ਨੇ ਤਿੰਨਾਂ ਲੋਕਾਂ 'ਚ ਚੀਜ਼ ਦੇਣ ਨੂੰ ਕੋਈ ਲੱਭੀ ਨਹੀਂ ਜਿਹੜੀ ਉਹਨੂੰ ਪੇਸ਼ ਕਰਕੇ ਦੇ ਦੇਣਾ, ਗੁਰੂ ਮਾਂ ਜੀ ਗੁਰਤਾ ਗੱਦੀ ਉਹਨੂੰ ਦੇ ਦੇਣ ਲੱਗੇ ਸੀ। ਅਤੇ ਅੱਜ ਅਸੀਂ ਕਿੱਧਰਲੇ ਪਾਸੇ ਤੁਰੇ ਫਿਰਦੇ ਹਾਂ, ਮਨ ਮਤ ਦੇ ਧਾਰਨੀ ਹੋ ਕੇ ਕੋਲੋਂ ਬਿੰਦੀਆਂ ਟਿੱਪੀਆਂ, ਕਿਤੇ ਸਿਆਰੀ ਅੜਾਤੀ ਹੈ, ਕਿਤੇ ਲਾਤੀ ਆਪਣੇ ਕੋਲੋਂ, ਐਸਾ ਨਹੀਂ ਹੋਣਾ ਚਾਹੀਦਾ। ਟਿੱਪੀਆਂ ਦੀ ਸ਼ੁਰੂਆਤ ਕਿਸਨੇ ਕੀਤੀ ਹੈ? ਬਿੰਦੀਆਂ ਟਿੱਪੀਆਂ ਦੀ ਸ਼ੁਰੂਆਤ ਦੇਖੋ ਬੋਲ ਕੇ ਤਾਂ ਭਾਵਾਂ ਕੋਈ ਵੀ ਕਰ ਦੋ, ਪਰ ਲਿਖ ਕੇ ਮਿਸ਼ਨਰੀ ਕਾਲਜਾਂ ਨੇ ਕੀਤੀ ਹੈ, ਜਿਹਨਾਂ ਉਹਨਾਂ ਦੇ ਗਿਟਕੇ ਆ ਨਾ, ਜਿਹੜੇ ਗੁਟਕੇ ਉਹਨਾਂ ਦੇ ਹੈਗੇ ਆ, ਉਹਨਾਂ 'ਤੇ ਦੇਖੋ, ਹੋਰ ਕਿਤੇ ਨਹੀਂ ਤੁਹਾਨੂੰ ਮਿਲੂਗਾ ਹੈ, ਉਹਨਾਂ 'ਤੇ ਲੱਗੇ ਤੁਹਾਨੂੰ ਮੈਂ ਦਿਖਾ ਦਿੰਦਾ ਜਿੱਥੇ ਉਹਨਾਂ ਨੇ ਨਵੋਂ ਸ਼ਾਹੇ ਕੋਲੋਂ ਬਿੰਦੀਆਂ ਲਾਈਆਂ ਨੇ, ਹੋਰ ਕਿਸੇ ਨੇ ਨਹੀਂ ਲਾਈਆਂ ਹੈ, ਬੋਲਦੇ ਭਾਵੇਂ ਹੋਣਗੇ ਹੈ, ਜੇ ਕਿਸੇ ਨੇ ਅੱਗੇ ਪਿੱਛੇ ਵਰਤੋਂ ਕੀਤੀ ਹੈ ਅਤੇ ਇਹ ਅਕੋਰਡਿੰਗ ਟੂ ਰੂਲ, ਚਾਹੇ ਉਹ ਕੋਈ ਜਥੇਬੰਦੀ ਵੀ ਹੈ, ਐਸਾ ਨਹੀਂ ਹੋਣਾ ਚਾਹੀਦਾ ਜੇ ਆਪਾਂ ਇਹ ਮਨ ਮਰਜ਼ੀ ਕਰਾਂ। ਮੈਂ ਤੁਹਾਡੇ ਨਾਲ ਇਸ ਵਿਚਾਰ ਦੇ ਉੱਪਰ, ਤੁਸੀਂ ਕਿਹੜੀ ਸੰਸਥਾ ਦੀ ਸੰਥਿਆ ਨੂੰ ਸ਼ੁੱਧ ਮੰਨਦੇ ਹੋ ਜਾਂ ਪ੍ਰਵਾਨ ਕਰਦੇ ਹੋ? ਦੇਖੋ ਸਮਾਂ ਬੀਤਣ ਦੇ ਨਾਲ ਹਰ ਥੈ ਨਿਘਾਰ ਆਉਂਦਾ ਗਿਆ, ਪਰ ਗੁਰੂ ਮਹਾਰਾਜ ਜੀ ਨੇ ਆਪ
ਸਾਬੋ ਕੀ ਤਲਵੰਡੀ ਦੀ ਪਵਿੱਤਰ ਧਰਤੀ ਦੇ ਉੱਤੇ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੂੰਹ ਜਵਾਨੀ ਪ੍ਰਨੰਸੀਏਟ ਕੀਤੀ ਹੈ ਔਰ ਉਹਦੇ ਅਰਥ ਗੁਰੂ ਮਹਾਰਾਜ ਨੇ ਸਵੇਰੇ ਅੰਮ੍ਰਿਤ ਵੇਲੇ 3 ਤੋਂ 6 ਵਜੇ ਤੱਕ ਮੁੱਖ ਤੋਂ ਬਾਣੀ ਉਚਾਰਦੇ ਆਪਣੇ ਕੰਠ ਤੋਂ, ਇਹ ਤੋਂ ਦੇਖ ਕੇ ਨਹੀਂ ਜਿਹੜਾ ਆਪਾਂ ਤੋਂ ਬਾਣੀ ਇਕੱਠੀ ਕੀਤੀ ਸੀ, ਕੰਠ ਤੋਂ ਉਚਾਰਦੇ ਲੋਢੇ ਵੇਲੇ ਦੇ ਪਹਿਰ 3 ਤੋਂ 6 ਵਜੇ ਤੱਕ ਉਹ ਜਿਹੜੀ ਬਾਣੀ ਸਵੇਰੇ ਉਚਾਰੀ ਗਈ ਹੁੰਦੀ ਉਹਦੇ ਅਰਥ ਉਹਦਾ ਪਾਠ ਕਿਵੇਂ ਕਰਨਾ ਹੈ, ਇਹਨੂੰ ਪੜ੍ਹਨਾ ਕਿਵੇਂ ਹੈ, ਸਾਰਾ ਸੱਖਾਂ ਨੂੰ ਦੱਸਦੇ ਵੀ ਇਹ ਜਿਹੜਾ ਸ਼ਬਦ ਹੈ ਕਿੱਥੇ ਉਚਾਰਿਆ ਗਿਆ, ਕੌਣ ਕਿਹੜੇ ਭਗਤ ਨੂੰ ਕੌਣ ਮਿਲਿਆ, ਗੁਰੂ ਮਹਾਰਾਜ ਜੀ ਨੂੰ ਕੌਣ ਮਿਲਿਆ, ਉਹਨੇ ਕੀ ਸਵਾਲ ਕੀਤੇ, ਕਿਵੇਂ ਗੁਰੂ ਮਹਾਰਾਜ ਨੇ ਬਾਣੀ ਦੁਆਰਾ ਉਹਦਾ ਉੱਤਰ ਦਿੱਤਾ ਹੈ। ਜਦੋਂ ਤੁਸੀਂ ਹੁਣ ਵੀ ਕਥਾ ਕਰੋਗੇ ਇਸ ਫਿਜ਼ਾ ਵਿੱਚ ਪਹੁੰਚ ਜਾਓਗੇ ਹੈ, ਤੁਹਾਨੂੰ ਕਿਸੇ ਗ੍ਰੈਮਰ ਦੀ ਲੋੜ ਨਹੀਂ ਪਊਗੀ, ਤੁਸੀਂ ਉਹ ਫਿਜ਼ਾ ਨੂੰ ਬਿਲਕੁਲ ਹੱਲ ਕਰ ਦੋਗੇ। ਠੀਕ ਹੈ ਜੀ, ਹਾਂਜੀ ਹਾਂਜੀ, ਪਰ ਮੈਂ ਤੁਹਾਡੇ ਕੋਲ ਇਹ ਜਾਣਕਾਰੀ ਲੈਣੀ ਚਾਹੁੰਦਾ ਵੀ ਸ਼ੁਰੂਆਤ ਕਿਹਨੇ ਕੀਤੀ, ਤੁਸੀਂ ਸ਼ਬਦ ਵਰਤਿਆ, ਹਾਂਜੀ ਹਾਂਜੀ, ਵੀ ਮਿਸ਼ਨਰੀਆਂ ਨੇ ਕੀਤੀ, ਹਾਂਜੀ ਹਾਂਜੀ, ਠੀਕ ਹੈ ਜੀ, ਹਾਂਜੀ, ਪਰ ਮੈਂ ਤੁਹਾਡੇ ਕੋਲ ਇੱਕ ਜਾਣਕਾਰੀ ਲੈਣੀ ਚਾਹੁੰਦਾ ਵੀ ਜਦੋਂ ਟਕਸਾਲਾਂ ਦੇ ਵਿੱਚ ਵੀ ਤੁਸੀਂ ਖੁਦ ਕਿਹਾ ਵੀ ਦੱਸਿਆ ਜਾਂਦਾ ਆ ਵੀ ਇੰਜ ਪੜੋ ਵੀ ਇੱਥੇ ਬਿੰਦੀ ਲਾਓ, ਇੱਥੇ ਅਧਕ ਲਾਓ, ਹਾਂਜੀ ਹਾਂਜੀ, ਜਦੋਂ ਅਸੀਂ ਇੱਕ ਪਾਸੇ ਤੁਸੀਂ ਖੁਦ ਕਹਿੰਦੇ ਵੀ ਜੋ ਲਿਖਿਆ ਉਹ ਪੜ੍ਹਨਾ ਚਾਹੀਦਾ ਹੈ, ਹਾਂਜੀ ਹਾਂਜੀ, ਜੇ ਫਿਰ ਟਕਸਾਲਾਂ ਇਹ ਗੱਲ ਕਹਿੰਦੀਆਂ ਪਈਆਂ ਨੇ ਵੀ ਉਚਾਰਨ ਵੇਲੇ ਆ ਬਿੰਦੀ ਲਾਓ ਤੇ ਫਿਰ ਤੁਹਾਨੂੰ ਕੀ ਲੱਗਦਾ ਠੀਕ ਹੈ? ਹਾਂ ਨਹੀਂ, ਮੈਂ ਬਿਲਕੁਲ ਇਸ ਹੱਕ 'ਚ ਨਹੀਂ, ਬਿੰਦੀ ਟਿੱਪੀ ਤੋਂ ਬਗੈਰ ਮਹਾਰਾਜ ਦੀ ਬਾਣੀ ਬਿਲਕੁਲ ਪ੍ਰੋਨਾਂਸੀਏਸ਼ਨ ਉਹਦਾ ਸ਼ੁੱਧ ਹੋ ਸਕਦਾ ਹੈ, ਅੱਧ ਕਿੱਥੇ ਜ਼ਰੂਰ ਕਿਤੇ ਵਰਤੋਂ ਹੁੰਦੀ ਹੈ ਉਹ ਜਿੱਥੇ ਕਿਤੇ ਕੱਚੇ ਨਾ ਸਰਦਾ ਠੀਕ ਹੈ, ਨਹੀਂ ਤਾਂ ਪੱਕਾ ਲਾਉਣਾ ਪਊਗਾ, ਮੈਂ ਸੱਕ 'ਚ ਨਹੀਂ ਹੈ। ਟਕਸਾਲ ਦੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਵੀ, ਹਾਂਜੀ ਹਾਂਜੀ ਹਾਂਜੀ, ਰਿਟਨ ਦੇ ਵਿੱਚ ਹੈ ਵੀ ਇੱਥੇ ਬਿੰਦੇ ਸਹਿਤ ਪੜੋ, ਇੱਥੇ ਬਿੰਦੇ ਰਹਿਤ ਪੜੋ, ਹਾਂਜੀ ਹਾਂਜੀ, ਜਦੋਂ ਸ਼ੁਰੂਆਤ ਸਾਡੀਆਂ ਵੱਡੀਆਂ ਟਕਸਾਲਾਂ ਵੱਲੋਂ ਹੋ ਗਈ ਤੇ ਜੇ ਉਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਨੇ ਲਾਤੀਆਂ ਤੇ ਫਿਰ ਤੁਹਾਨੂੰ ਆਬਜੈਕਸ਼ਨ ਕੀ ਹੈ, ਦਿੱਕਤ ਕੀ ਹੈ? ਪਰ ਉਹਨਾਂ ਨੇ ਲਿਖਤੀ ਰੂਪ ਵਿੱਚ ਨਹੀਂ ਸੀ ਕਦੀ ਵੀ ਕਿਹਾ ਕਿਹਾ ਹੋਊਗਾ, ਮੇਰਾ ਖਿਆਲ ਹੈ ਕਿਉਂਕਿ ਜਦੋਂ ਸੰਥਿਆ ਸੀ ਪੜ੍ਹੀ ਹੈ ਉੱਥੋਂ ਹੈ ਜਿਹੜੇ ਉਸਤਾਦ ਸੀ ਪੜ੍ਹਾਉਣ ਵਾਲੇ ਹੈ, ਉਹਨੀ ਕਦੀ ਕਿਤੇ ਬਿੰਦੀ ਟਿੱਪੀ ਦੀ ਵਰਤੋਂ ਕਰਨੀ ਕਰ ਬਿਲਕੁਲ ਸ਼ੁੱਧ ਲਗਾ ਮਾਤਰਾ ਲਾਉਂਦੇ ਸੀ। ਇਹਨਾਂ ਦਿਨਾਂ ਦੇ ਅੰਦਰ ਵੀ ਕਈ ਵਿਦਵਾਨਾਂ ਉਹਨਾਂ ਨੂੰ ਮਿਲਿਆ ਵਾਂ ਉਹ ਟਕਸਾਲ ਦੇ ਵਿੱਚ ਬੱਚਿਆਂ ਨੂੰ ਪੜਾਉਂਦੇ ਵੀ ਹੈ, ਹਾਂਜੀ ਹਾਂਜੀ ਹਾਂਜੀ, ਤੇ ਜਦੋਂ ਉਹਨਾਂ ਨੂੰ ਮੈਂ ਪੁੱਛਦਾ ਵਾਂ ਹਾਂਜੀ ਹਾਂਜੀ ਉਹਨਾਂ ਕੋਲੋਂ ਜਾਣਕਾਰੀ ਲੈਣਾ ਵਾਂ ਵੀ ਤੁਸੀਂ ਬਿੰਦੀ ਲਾਉਂਦੇ ਹੋ ਕਿ ਨਹੀਂ ਲਾਉਂਦੇ, ਹਾਂਜੀ ਹਾਂਜੀ, ਉਹਨਾਂ ਦਾ ਜਵਾਬ ਇਹ ਹੁੰਦਾ ਵੀ ਜਿੱਥੇ ਲੋੜ ਪੈਂਦੀ ਉੱਥੇ ਲਾ ਲਈਦੀ ਹੈ, ਹਾਂਜੀ ਹਾਂਜੀ, ਜਿੱਥੇ ਨਹੀਂ ਲੋੜ ਉੱਥੇ ਨਹੀਂ ਲਾਈਦੀ, ਹਾਂਜੀ ਹਾਂਜੀ। ਸੋ ਭਾਈ ਸਾਹਿਬ ਗੱਲਾਂ ਤੇ ਹੋਰ ਵੀ ਨੇ ਬੜੀਆਂ ਕਰਨ ਵਾਲੀਆਂ, ਗਿਆਨ ਤੁਹਾਡੇ ਕੋਲ ਕਾਫੀ ਲਵਾਂਗੇ, ਵਿਚਾਰ ਚਰਚਾ ਵੀ ਕਰਾਂਗੇ, ਕਿਤੇ ਨਾ ਕਿਤੇ ਜਿੱਥੇ ਗਰਾਰੀ ਫਸਦੀ ਹੋਈ ਉੱਥੇ ਗਰਾਰੀ ਫਸਾਵਾਂਗੇ ਵੀ। ਪਰ ਅੱਜ ਸਮਾਂ ਹੁਣ ਹੋ ਗਿਆ ਆਪਣੇ ਦਰਸ਼ਕਾਂ ਕੋਲ ਇਜਾਜ਼ਤਾਂ ਲੈਣ ਦਾ, ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂ, ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਵੀ ਜਿਹੜੀ ਮਹਾਰਾਜ ਦੀ ਬਾਣੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਹੈ ਜੀ, ਵੀ ਬਾਣੀ ਜਿਹੜੀ ਜਿੱਦਾਂ ਕੋਈ ਅਫਸਰ ਸੰਸਾਰ ਦਾ ਉਹਦੀ ਵੱਡੀਆਂ ਕੁਰਸੀਆਂ ਵੱਡਾ ਉਹਦਾ ਦਫ਼ਤਰ ਹੁੰਦਾ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਭ ਤੋਂ ਵੱਡਾ ਹੈ, ਵੱਡਾ ਸਾਹਿਬ ਉੱਚਾ ਥਾਂ, ਵਾਹਿਗੁਰੂ ਪਰਮੇਸ਼ਰ ਬਹੁਤ ਵੱਡਾ ਹੈ, ਉਹਦੀ ਰਹਿਣ ਦੀ ਜਗ੍ਹਾ ਸੱਚਖੰਡ ਹੈ ਜਿਹੜਾ ਉਹਦਾ ਘਰ ਜਿਹੜਾ ਬਾਣੀ ਨੇ ਬਿਆਨ ਕੀਤਾ ਹੈ, ਹਾਂਜੀ, ਵੱਡਾ ਸਾਹਿਬ ਉੱਚਾ ਥਾਂ ਪਰ ਵਾਹਿਗੁਰੂ ਪਰਮੇਸ਼ਰ ਨਾਲੋਂ ਵੀ ਉੱਚੇ ਉੱਪਰ ਉੱਚਾ ਨਾਉ, ਮਹਾਰਾਜ ਦੀ ਬਾਣੀ ਜਿਹੜੀ ਰੱਬ ਤੋਂ ਵੀ ਵੱਡੀ ਹੈ, ਕਿਰਪਾ ਕਰਕੇ ਉਹਦਾ ਅਦਬ ਕਰਨਾ ਸਿੱਖੀਏ, ਉਹਦਾ ਸਤਿਕਾਰ ਕਰਨਾ ਸਿੱਖੀਏ, ਜਿਨ ਪੈ ਅਦਬ ਨਾ ਬਾਣੀ ਧਾਰਾ ਸੋ ਸਿੱਖ ਜਾਨੋ ਨਹੀਂ ਹਮਾਰਾ, ਗੁਰੂ ਮਾਂ ਨੇ ਬਚਨ ਕੀਤੇ, ਔਰ ਆਪਣੇ ਕੋਲੋਂ ਬਿੰਦੀ ਟਿੱਪੀ ਆਪਣੀ ਮਨਮਤ ਛੱਡੀਏ, ਗੁਰਮਤ ਨੂੰ ਪ੍ਰਣਾਏ ਹੋਏ ਪਰਮੇਸ਼ਰ ਦਾ ਨਾਮ ਮਹਾਰਾਜ ਦੀ ਬਾਣੀ ਨੂੰ ਪ੍ਰੇਮ ਨਾਲ ਸਹਿਜ ਨਾਲ ਪੜ੍ਹ ਕੇ ਆਪਣਾ ਅਗਲਾ ਅਤੇ ਪਿਛਲਾ ਸਾਰਾ ਕੁਛ ਸਵਾਰ ਲਈ। ਸੋ ਤੁਹਾਡੀਆਂ ਗੱਲਾਂ ਤੋਂ ਕਾਫੀ ਅਸੀਂ ਲਾਹਾ ਲਿਆ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਇੰਜੀਨੀਅਰ ਗੁਰਜੀਤ ਸਿੰਘ ਜੀ ਗੁਹਾਵਰ ਵਾਲਿਆਂ ਨੇ ਸਾਡੇ ਨਾਲ ਗੁਰਬਾਣੀ ਦੇ ਉਚਾਰਨ ਪ੍ਰਤੀ ਸਾਂਝ ਪਾਈ ਹੈ। ਅਗਲੇ ਐਪੀਸੋਡ ਦੇ ਵਿੱਚ ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਇਹਨਾਂ ਨੇ ਇੱਕ ਸ਼ਬਦ ਵਰਤਿਆ ਕਿ ਸ਼ੁਰੂਆਤ ਮਿਸ਼ਨਰੀਆਂ ਨੇ ਕੀਤੀ ਹੈ, ਜਦਕਿ ਰਿਟਨ ਦੇ ਅੰਦਰ ਜਾਂ ਇਹਨਾਂ ਦੇ ਜਿਹੜੇ ਪੜ੍ਹਾਉਣ ਵਾਲੇ ਨੇ ਟਕਸਾਲਾਂ ਦੇ ਵਿੱਚ ਉਹ ਵੀ ਕਹਿੰਦੇ ਵੀ ਜਿੱਥੇ ਲੋੜ ਹੈ ਉੱਥੇ ਲਗਾਈ ਜਾਵੇ, ਅਤੇ ਇਹਨਾਂ ਕੋਲੋਂ ਜਾਣਾਂਗੇ ਜਾਂ ਤਾਂ ਫਿਰ ਸਾਰਿਆਂ ਨੂੰ ਗਲਤ ਕਹੋ, ਨਹੀਂ ਤਾਂ ਇੱਕ ਫਿਰਕੇ ਦੇ ਨਾਲ ਜੁੜ ਕੇ ਜਾਂ ਇੱਕ ਸੰਸਥਾ ਦੇ ਨਾਲ ਜੁੜ ਕੇ ਬਾਕੀਆਂ 'ਤੇ ਉਂਗਲ ਨਾ ਚੁੱਕੋ। ਔਰ ਦੂਸਰਾ, ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਪੱਟ 11 ਨਹੀਂ ਪੱਟ 17 ਹੋਏ ਨੇ, ਬਕਾਇਦਾ ਰਿਟਨ ਦੇ ਅੰਦਰ ਮੌਜੂਦ ਹੈ, ਜਾਣਾਂਗੇ ਸਾਡੇ ਅਗਲੇ ਐਪੀਸੋਡ ਦੇ ਵਿੱਚ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।